ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਰਾਏਕੋਟ ਦੇ ਲਾਗਲੇ ਪਿੰਡ ਬੱਸੀਆਂ ਨਾਲ ਸੰਬੰਧਿਤ 16 ਸਾਲਾਂ ਸਕੂਲੀ ਵਿਦਿਆਰਥੀ ਦਾ ਕੈਨੇਡਾ ਦੇ ਐਡਮਿੰਟਨ ਵਿੱਚ ਕੁਝ ਲੜਕੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। प्राप्त हुई जानकारी अनुसार मृतक करमवीर सहोता का पिता सतनाम सिंह पिंड बसिया का जामपल है और 17-18 साल पहला कैनेडा गया सी। जदों करमवीर ते हमला होया सी उस समय उसका पिता पिंड बसिया आया होया सी और बेटे के हमले की जानकारी मिलने ते वापस कैनेडा चला गया। करमवीर की मौत नाल परिवार के दुखों का पहाड़ टुट गया। उन्होंने दसिया कि मृतक करमवीर सहोता से हमला करने वाले भी भारतीय मूल के स्कूली विद्यार्थी सन जिन्हों कैनेडा पुलिस ने फड़ लिया है। पुलिस नूं दिते बयानां विच उन्हां दस्सिया कि उन्हां दा करमवीर नाल कोई लड़ाई झगड़ा नहीं सी, सगों उन्हां किसी होर लड़के दे भुलेखे उस उपर हमला कर दिता। मृतक करमवीर अपने मापिया का एक लौता पुत्र सी। वह अपने पिछे माता पिता एक छोटी भैन नूं छड्ड गया। इस घटना तो बाद पंजाबी भाईचारे विच काफ़ी सोग की लहर पैदा हो गई है। पब्लिक स्पोर्ट न्यूज़ फोकस दे नाल जितेंद्रपाल सिंह कलेर की रिपोर्ट। हम देखते परिवार बड़ा हुआ हम कि असी कर कह सकते हैं बहुत बहुत सियाना जवाक सा बहुत सियाना बच्चा ये तो सिरे जाते ही नहीं किसी ਜਿਵੇਂ ਉਹਦੀ ਫੋਟੋ ਦੇਖਦੇ ਫੋਟੋ ਤੋਂ ਵੀ ਲੱਗਦਾ ਜਵਾਕ ਬਹੁਤ ਸਾਊ ਹੈ ਨਹੀਂ ਕੋਈ ਹੈ ਜੇ ਕੰਮ ਬਹੁਤ ਸਾਊ ਸੀ। ਜਿਹੜੇ ਮੁੰਡੇ ਨੇ ਉਹਨਾਂ ਤੇ ਹਮਲਾ ਕੀਤਾ ਉਹ ਮੁੰਡੇ ਪੰਜਾਬੀ ਸੀਗੇ? ਹਾਂਜੀ ਪੰਜਾਬੀ ਸੀ। ਕੀ ਕਾਰ ਗੱਲਬਾਤ ਕੋ ਸਾਹਮਣੇ ਜਾਂ ਤੁਹਾਡੇ ਕੋਲੇ ਕੀ ਪਤਾ ਲੱਗਿਆ ਵੀ ਕਿਉਂ ਜੋ ਆਪਣੇ ਮੁੰਡੇ ਤੇ ਹਮਲਾ ਹੁੰਦਾ? ਇਹ ਪਤਾ ਨਹੀਂ ਸੰਤੋਂ ਹੁਣ ਇਸ ਚੀਜ਼ ਦਾ ਮੇਰਾ ਪਤਾ ਨਹੀਂ ਹੈਗਾ ਹਨਾ ਕਿ ਕਿਉਂ ਹਮਲਾ ਕੀਤਾ। ਜਿਵੇਂ ਤੁਸੀਂ ਕਹਿੰਦੇ ਪੁਲਿਸ ਨੂੰ ਉਹਨਾਂ ਨੇ ਦਿੱਤਾ ਸੀ ਕੋਈ ਬਿਆਨ? ਹਾਂ ਉਹਨੇ ਪੁਲਿਸ ਵਾਲਿਆਂ ਨੂੰ ਉਹ ਮੁੰਡਿਆਂ ਨੂੰ ਜਿਹਨੂੰ ਹੁਣ ਬਾਅਦ ਚ ਪੁੱਛਿਆ ਵੀ ਕਿਉਂ ਕੀ ਹੋਇਆ ਉਹਨਾਂ ਨੇ ਇਹੀ ਦੱਸਿਆ ਵੀ ਸੱਤ ਤਾਂ ਭਲੇਖੇ ਚ ਕੀਤਾ ਤੇ ਮੁੰਡੇ ਦੇ ਭਲੇਖੇ ਚ ਹਮਲਾ ਕੀਤਾ। ਕਿਸੇ ਹੋਰ ਮੁੰਡਾ ਨੂੰ ਸਾਡੇ ਨਾਲ ਹੋਰ ਕਿਸੇ ਮੁੰਡੇ ਨਾਲ ਸੀ ਕੋਈ ਗੱਲਬਾਤ? ਉਹਨਾਂ ਦੀ ਗੱਲਬਾਤ ਕਿਸੇ ਹੋਰ ਮੁੰਡੇ ਲੜਾਈ ਝਗੜਾ ਸੀ? ਹਾਂਜੀ ਇਹਦੇ ਨਾਲ ਤਾਂ ਕੋਈ ਗੱਲਬਾਤ ਨਹੀਂ ਸੀ, ਕੋਈ ਲੈਣ ਦੇਣ ਨਹੀਂ ਸੀ। ਇਹ ਤਾਂ ਮੁੰਡਾ ਬਹੁਤ ਇਹਦਾ ਸਾਊ ਬਹੁਤ ਸਾਊ ਸੀ। ਇਹ ਤਾਂ ਲੜਾਈ ਵਾਲੇ ਚੱਕਰ 'ਚ ਪੈਣ ਵਾਲਾ ਹੈ ਹੀ ਨਹੀਂ ਸੀਗਾ। ਜਿਵੇਂ ਇਸ ਸਰੀਰ ਦਾ ਕੱਦ ਕਾਰ ਤੋਂ ਲੱਗਦਾ ਸਪੋਰਟਸ ਵਗੈਰਾ ਵੀ ਕਰਦਾ? ਹਾਂਜੀ ਹਾਂਜੀ ਹਾਂਜੀ। ਇਹਦੇ ਹੋਰ ਕਹਿ ਭੈਣ ਭਾਈ ਹੈ? ਇਹ ਦੋ ਭੈਣ ਭਰਾ ਨੇ। ਅੱਛਾ ਛੋਟੀ ਭੈਣ ਹੈ? ਅੱਛਾ ਵੀ ਛੋਟੀ ਭੈਣ। ਹਾਂਜੀ ਛੋਟੀ, ਦੋ ਤਿੰਨ ਸਾਲ, ਤਿੰਨ ਸਾਲ ਛੋਟੀ ਹੈ ਭੈਣ। ਇਹਦੇ ਜਿਹੜੇ ਫਾਦਰ ਨੇ ਉਹ ਕਦੋਂ ਕਦੇ ਗਏ ਹੋਏ ਨੇ ਉੱਥੇ? ਕਿੰਨੇ ਉਹਨੂੰ ਹੋ ਗਈ? 17-18 ਸਾਲ। ਹਾਂਜੀ 18 ਸਾਲ ਹੋ ਗਏ। ਰਾਜ ਕੁਮਾਰ ਜੀ, ਸਾਬਕਾ ਸੰਮਤੀ ਮੈਂਬਰ ਪਿੰਡ ਬੱਸੀਆਂ ਜੀ। ਰਾਜ ਕੁਮਾਰ ਜੀ, ਆਪਣੇ ਪਿੰਡ ਬੱਸੀਆਂ ਦੇ ਨੌਜਵਾਨ ਮੁੰਡੇ ਦੇ ਕੈਨੇਡਾ ਤੇ ਡੈਥ ਦਾ ਮਾਮਲਾ ਸਾਹਮਣੇ, ਇਸ ਘਟਨਾ ਕੁਛ ਹੈ ਜਾਣਕਾਰੀ? ਹਾਂਜੀ, ਤਕਰੀਬਨ ਇੱਕ ਹਫ਼ਤਾ ਪਿਛਲੇ ਸ਼ੁੱਕਰਵਾਰ ਦੀ ਘਟਨਾ ਜੀ। ਇਹ ਸਤਨਾਮ ਸਿੰਘ ਦਾ ਲੜਕਾ ਸੀ ਜੋ ਉੱਥੋਂ ਦੇ ਸਿਟੀਜ਼ਨ ਆ ਅਤੇ ਉਹ ਆਪਣੀ ਪੜ੍ਹਾਈ ਉੱਥੇ ਪੂਰੀ ਕਰ ਰਿਹਾ ਸੀ, ਬੱਚਾ ਲਾਇਕ ਸੀ ਅਤੇ ਉਸ 'ਤੇ ਭੁਲੇਖੇ ਨਾਲ ਉੱਧਰ ਕੈਨੇਡਾ ਦੇ ਜਿਹੜੇ ਹੋਰ ਪੜ੍ਹਨ ਵਾਲੇ ਮੁੰਡੇ ਸੀ ਉਹਨਾਂ ਨੇ ਭੁਲੇਖੇ ਨਾਲ ਉਹਨਾਂ 'ਤੇ ਅਟੈਕ ਕੀਤਾ। ਅਟੈਕ ਕਰਨ ਤੋਂ ਬਾਅਦ ਚਾਕੂ ਛੁਰੀ ਨਾਲ ਜਿਹੜਾ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਐਡਮਿਟ ਕਰਾਇਆ ਗਿਆ। ਤਕਰੀਬਨ ਇੱਕ ਹਫ਼ਤਾ ਟ੍ਰੀਟਮੈਂਟ ਚੱਲਣ ਤੋਂ ਬਾਅਦ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ। ਪਰਿਵਾਰ 'ਚ ਕੌਣ ਕੌਣ ਸੀ? ਸਤਨਾਮ ਸਿੰਘ ਅਤੇ ਉਹਨਾਂ ਦਾ ਬੇਟਾ ਸੀ ਅਤੇ ਇੱਕ ਇਹਦੇ ਆਪਣੇ ਬੇਟੇ ਦੀ ਸਿਸਟਰ ਸੀ। ਇੱਥੇ ਪਰਿਵਾਰ ਪਿੰਡ 'ਚ ਪਰਿਵਾਰ 'ਚ ਕੌਣ ਕੌਣ ਅਤੇ ਇੱਥੇ ਆਪਣੇ ਇਹਨਾਂ ਦੇ ਸਤਨਾਮ ਸਿੰਘ ਦੇ ਬ੍ਰਦਰ ਭਾਗ ਸਿੰਘ ਜੀ ਰਹਿੰਦੇ, ਉਹਨਾਂ ਦਾ ਪਰਿਵਾਰ ਹੈ ਜੀ। ਇਹ ਵੀ ਮਤਲਬ ਘਟਨਾ ਵਾਪਰੀ ਹੈ, ਕਾਫੀ ਜ਼ਿਆਦਾ ਦੁੱਖਦਾਈ ਆ ਅਤੇ ਪਿੰਡ ਦੇ ਵਿੱਚ ਵੀ ਇਹ ਚੀਜ਼ ਦਾ ਮਾਹੌਲ ਬੜਾ ਦੁੱਖਦਾਈ ਹੋਊਗਾ। ਹਾਂਜੀ ਹਾਂਜੀ, ਇਹਦੇ ਨਾਲ ਫਿਰ ਆਪਣੇ ਆਪਾਂ ਤਾਂ ਕਹਿੰਦੇ ਵੀ ਆਪਣੇ ਅਸੀਂ ਤਾਂ ਇੰਡੀਆ ਦੀ ਅੰਬੈਸੀ ਨੂੰ ਵੀ ਬੇਨਤੀ ਕਰਦੇ ਹਾਂ ਜੋ ਬੱਚੇ ਉੱਧਰ ਪੜ੍ਹਾਈ ਕਰਕੇ ਆਪਣੇ ਮਿਹਨਤ ਨਾਲ ਜਾਂਦੇ ਆ ਅਤੇ ਜਿਹੜੇ ਉਹਦੇ ਨਾਲ ਹਮਲੇ ਹੁੰਦੇ ਉਹਦੇ ਫਿਰ ਜੋ ਪੰਜਾਬੀ ਬੱਚੇ ਉਹ ਬਦਨਾਮ ਹੁੰਦੇ ਆ ਜੀ।